गुजरात की जेल से लॉरेंस बिश्नोई की एक वीडियो सोशल मीडिया पर खूब वायरल हो रही है, जिसमें लॉरेंस बिश्नोई पाकिस्तान में वीडियो कॉल कर बात कर रहा है। इस मामले को लेकर सिद्धू मूसेवाले के पिता बलकौर सिंह ने सख्त एतराज किया है। उन्होंने कहा कि अब तो साफ हो गया कि लॉरेंस बिश्नोई को 5-स्टार होटल जैसी सुविधाएं दी जा रही हैं। उन्होंने कहा कि बिश्नोई देश भर से फरौती की रकम इकट्ठी करता है और पंजाब में वारदातों को अंजाम देता है। अब उसे गुजरात में इसलिए बंद किया गया है क्योंकि वहाँ पर जो है लॉरेंस बिश्नोई को खतरा कम है। इससे साफ पता चलता है कि लॉरेंस बिश्नोई के सिर पर किसका हाथ है। लॉरेंस बिश्नोई पंजाब के 21 व्यापारियों से फरौती की रकम इकट्ठी करता है, जिसकी जांच न्यायपालिका पहले भी कर चुकी है, लेकिन फिर भी कोई कार्रवाई नहीं हुई है। बिल्कुल, मैं तो हुण तक इस गल नूं इलैक्शन दे विच भी बहुत प्रचारिया सी इस गल नूं भी सेंटर ते स्टेट दोनों इस गल वल कोई ध्यान नहीं दे रहे। स्टेट भी कार्रवाई कर सकती है कुछ ना कुछ, तो घट्टो घट्ट उहदी कंप्लेंट तो सेंटर गौरमेंट दे अगे रख ही सकती है। तो लॉरेंस दा तां देखो, मैं तां पहले भी कहा सी वी उहनूं जेल दे विच जिहड़ियां होस्टल वर्गियां सहूलतां सारियां दित्तियां होईयां ने। देखो हुण तां क्लीयर कट ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਡਰਵਰਲਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਂਠ ਗਾਂਠ ਕਰ ਰਿਹਾ ਹੈ ਅਤੇ ਸੰਭਾਵਨਾ ਉਹ ਸਾਰੀ ਡੀਲ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਉਹਦੀ ਚੱਲ ਰਹੀ ਹੈ। ਪਰੰਤੂ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਸੈਂਟਰ ਨਾ ਸਟੇਟ ਕੋਈ ਵੀ ਸਰਕਾਰ ਇਸ ਗੱਲ ਦੇ ਉੱਤੇ ਧਿਆਨ ਨਹੀਂ ਦੇ ਰਹੀ ਅਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਵੀ ਪਤਾ ਤੁਹਾਨੂੰ ਸਾਰੀ ਗੱਲ ਦਾ ਹੈਗਾ, ਪਰੰਤੂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ। ਔਰ ਬਿਸ਼ਨੋਈ ਤਾਂ ਲਗਭਗ ਹੀ ਗੌਰਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ, ਇਹਦੇ 'ਚ ਕੋਈ ਦੋ ਰਾਏ ਕੀ ਲੱਗਦਾ ਹੈ ਕਿਵੇਂ ਦੇਖ ਦੋਗੇ ਸਰਕਾਰਾਂ ਕਿਉਂ ਨਹੀਂ ਇਹਦੇ 'ਤੇ ਕਾਰਵਾਈ ਕਰ ਰਹੀਆਂ ਹੈਗੀਆਂ? ਜਿਵੇਂ ਇੱਕ ਸਾਈਡ ਕਹਿੰਦੇ ਨੇ ਵੀ ਜੇਲ੍ਹ ਦੇ ਵਿੱਚ ਚਿੜੀ ਵੀ ਨਹੀਂ ਫਰਕ ਸਕਦੀ ਹੈਗੀ, ਚਾਹੇ ਤਿਹਾੜ ਜੇਲ੍ਹ ਦੀ ਗੱਲ ਹੋਵੇ ਜਾਂ ਹੋਰ ਜੇਲ੍ਹਾਂ ਹੋਣ। ਦੇਖੋ, ਮੈਂ ਤਾਂ ਪਹਿਲਾਂ ਹੀ ਜਿੱਦਾਂ ਮੇਰੀ ਉਹਦੇ ਰਾਹੁਲ ਜੀ ਨਾਲ ਵੀ ਗੱਲ ਹੋਈ, ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ 268 ਲਾ ਕੇ ਗੁਜਰਾਤ ਰੱਖਣ ਦਾ ਮਤਲਬ ਕੀ ਹੈ? ਉਹਨੂੰ ਸੇਫ ਕਰਨਾ ਹੀ ਹੈ। ਇੰਨਾ ਉਹ ਕ੍ਰਾਈਮ ਪੰਜਾਬ 'ਚੋਂ ਕਰਕੇ ਜਾ ਕੇ ਬੈਠ ਕੇ ਉਹਨੂੰ ਜੇਲ੍ਹ 'ਚ ਜਾ ਕੇ ਰੱਖਿਆ ਜਾ ਰਿਹਾ ਹੈ ਗੁਜਰਾਤ ਦੀ ਦੇ ਵਿੱਚ। ਫਿਰ ਹੁਣ ਗੁਜਰਾਤ ਜੇਲ੍ਹ ਦੇ ਵਿੱਚੋਂ ਵੀ ਆਹ ਦੇਖੋ 16 ਤਰੀਕ ਦੀ ਸਾਰੀ ਇਹ ਵੀਡੀਓ ਕਾਲ ਹੈ, ਈਦ ਮੁਬਾਰਕ ਦੇ ਰਿਹਾ, ਸਾਰੀ ਗੱਲਬਾਤ ਉਹਦੀ ਆਮ ਨੋਰਮਲ ਜਿੱਦਾਂ ਆਪਾਂ ਵੀਡੀਓ ਕਾਲਾਂ ਕਰਦੇ ਹਾਂ ਇੱਕ ਦੂਸਰੇ ਨੂੰ, ਇੰਨੀ ਸਾਰੀ ਆਜ਼ਾਦੀ ਉਹਦੇ ਕੋਲ ਹੈ। ਕਸਟਡੀ ਨਾਂ ਦੀ ਚੀਜ਼ ਉਹ ਕੋਈ ਇੱਦਾਂ ਦੀ ਲੱਗ ਨਹੀਂ ਰਹੀ ਇਸ ਗੱਲ 'ਚੋਂ। ਅਤੇ ਜਿਹੜਾ ਸਾਰਾ ਕਾਲਾ ਕਾਰੋਬਾਰ ਉਹ ਬਹੁਤ ਬੇਡਰ ਬਖੂਬੀ ਚਲਾ ਰਿਹਾ ਸਾਰੇ ਸਿਸਟਮ। ਜਿਹੜੀਆਂ ਪਹਿਲਾਂ ਇੰਟਰਵਿਊਜ਼ ਹੋਈਆਂ ਨੇਗੀਆਂ ਜੇਲ੍ਹਾਂ ਦੇ ਵਿੱਚ, ਤੁਸੀਂ ਹਾਈ ਕੋਰਟ ਦੇ ਵਿੱਚ ਜਿਹੜੀ ਅਪੀਲ ਕੀਤੀ ਸੀ, ਰੁੱਖ ਕੀਤਾ ਸੀ ਹਾਈ ਕੋਰਟ ਦਾ, ਉਹਦੇ ਵਿੱਚ ਕੀ ਕਿੱਥੋਂ ਤੱਕ ਪਹੁੰਚਿਆ ਸਟੇਟਸ ਜੀ? ਹਾਈ ਕੋਰਟ ਨੇ ਦੋ ਵਾਰ ਮਾਂ ਜੋ ਕੋਰਟ ਨੇ ਉੱਤੇ ਐਕਸ਼ਨ ਲਿਆ, FIR ਦਰਜ ਕਰਤੀਆਂ, ਉਹ ਵੀ ਅਣਪਛਾਤਿਆਂ ਦੇ ਖਿਲਾਫ਼ ਕਰਤੀਆਂ। ਕਿਸੇ ਦੋਸ਼ੀ ਦਾ ਨਾਮ ਤਾਂ ਇਹਨਾਂ ਨੇ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚ ਉਹਦੇ 'ਚ। ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨਾ ਵੀ ਨੈਕਸਸ ਹੈ, ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ। ਜਿਹੜਾ ਜਦੋਂ ਇਹਦੀਆਂ ਪਰਤਾਂ ਖੁੱਲ੍ਹਣਗੀਆਂ, ਕਾਫ਼ੀ ਨਾਮੀ ਗ੍ਰਾਮੀ ਬੰਦੇ, ਕਾਫ਼ੀ ਪੋਲੀਟੀਸ਼ੀਅਨ, ਕਈ ਕੁਛ ਨਿਕਲਣਾ ਇਸ ਗੱਲ ਦੇ ਵਿੱਚੋਂ। ਤਾਂ ਜੇ ਉਹ ਨੈਕਸਸ ਟੁੱਟੇ ਤਾਂ ਫਿਰ ਹੀ ਉਹਦੇ 'ਚੋਂ ਗੱਲ ਨਿਕਲੇ ਪੂਰੀ। ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ, ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ 'ਤੇ ਕਰਨੀ ਹੈ, ਗੌਰਮੈਂਟ ਦੇ ਸਿਰ 'ਤੇ ਕਰਨੀ ਹੈ, ਅਤੇ ਸਰਕਾਰਾਂ ਉੱਧਰ ਰਲੀਆਂ ਹੋਈਆਂ ਨੇ, ਤਾਂ ਕਿਹਨੇ ਜਸਟਿਸ ਕਿਹਨੇ ਦੇਣਾ? ਭਾਈ ਵਿਕਰਮ ਮਜੀਠੀਆ ਨੇ ਦੋਸ਼ ਲਾਏ ਆ ਵੀ ਅੱਜ ਹੋਮਲੈਂਡ ਵਾਲਾ ਅਤੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਇਰਦ ਗਿਰਦ ਹੈ ਵੀ ਉਹ ਵੀ ਮੰਥਲੀਆਂ ਕਰੋੜਾਂ 'ਚ ਜਿਹੜਾ ਲੋਰੈਂਸ ਬਿਸ਼ਨੋਈ ਨੂੰ ਦੇ ਰਿਹਾ, ਅਤੇ ਉਹਨੂੰ ਕਿਵੇਂ ਦੇ ਰਹੇ ਸੀ?
ਦੇਖੋ ਤੁਸੀਂ ਇਹ ਪਿੱਛੇ ਜੇ NIA ਨੇ ਜਿਹੜੀ ਤੁਸੀਂ ਰਿਪੋਰਟ ਸਾਰੀ ਵੇਖੀ ਉਹਦੇ 'ਚ 22 ਨੇਮ ਸਾਰੇ ਬਿਲਡਰ, ਉਹਦੇ 'ਚ ਮੋਹਾਲੀ ਦੇ ਵੀ ਹੈ, ਉਹਦੇ 'ਚ ਅਮਲੋਟ ਦੇ ਵੀ ਹੈ, ਸਾਡੀ ਮਾਨਸਾ ਦੇ ਵੀ ਇੱਕ ਬੰਦੇ ਦਾ ਨਾਮ ਸੀ ਉਹਦੇ ਵਿੱਚ, ਤੁਸੀਂ ਦੇਖੇ ਹੀ ਆ 22 ਨੇਮ, ਕੋਈ ਗੱਲ ਹੁਣ ਲੁਕੀ ਛੁੱਪੀ ਦਾ ਹੈ ਹੀ ਨਹੀਂ ਹੈ ਕਿਹੜਾ ਬੰਦਾ ਕਿੰਨੇ ਪੈਸੇ ਦੇ ਰਿਹਾ, ਸਭ ਦੇ 22 ਨੇਮ NIA ਨੇ ਤੁਹਾਡੇ ਨੈੱਟ 'ਤੇ ਪਾਇਆ ਹੋਇਆ ਸਾਰਾ ਕੁਛ, ਤੁਹਾਡੇ ਕੋਲ ਸਾਰਿਆਂ ਕੋਲ ਰਿਪੋਰਟਾਂ ਉਹਦੀਆਂ ਹੈਗੀਆਂ ਨੇ, ਪਰ ਇਹ ਥੋੜ੍ਹੀ ਵੀ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈਗਾ, ਪਤਾ ਸਾਰਾ ਕੁਛ ਹੈ ਪਰੰਤੂ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ। ਜਾਂ ਤਾਂ ਇਹ ਹੈ ਵੀ ਇਹ ਲੋਕ ਭਾਈ ਉਹਨਾਂ ਤੋਂ ਪੈਸੇ ਦੀ ਕਮਾਈ ਕਰ ਰਹੇ ਨੇ, ਕਿਉਂਕਿ ਲੁੱਟਦੇ ਉਹ ਨੇ ਕਰੋੜਾਂ ਦੇ ਵਿੱਚ, ਤਾਂ ਉਹਦਾ ਹਿੱਸਾ ਪੱਤੀ ਇਹਨਾਂ ਕੋਲ ਜਾਂਦਾ, ਹੋ ਸਕਦਾ ਇਸੇ ਕਰਕੇ ਕਾਰਵਾਈ ਨਹੀਂ ਹੋ ਰਹੀ, ਅਤੇ ਨਹੀਂ ਤਾਂ ਕਸਟਡੀ ਦੇ ਵਿੱਚ ਬੰਦਾ ਹੋਵੇ ਤਾਂ ਉਹ ਫੋਨ ਕਿੱਦਾਂ ਯੂਜ਼ ਕਰਦੇ ਜਾਂ ਕੋਈ ਕਰੇ, ਇਹ ਰਲੀ ਮਿਲੀ ਗੱਲ ਹੈ ਸਾਰੀ। ਪੰਜਾਬ ਦੀ ਆਪਾਂ ਗੱਲ ਕਰੀਏ, ਪਹਿਲਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀਗੀ, ਹੁਣ ਤਾਂ ਪਾਕਿਸਤਾਨ ਨਾਲ ਸਿੱਧੀਆਂ ਗੱਲਾਂ ਹੋਣ ਲੱਗ ਗਈਆਂ, ਕਿਵੇਂ ਦੇਖਦੇ ਹੋ ਪਾਕਿਸਤਾਨ 'ਚ ਵੀ ਸਿੱਧੀ ਗੱਲ? ਦੇਖਣਾ ਜੀ, ਇੱਕ ਤਾਂ ਮਹੱਤਰ ਧਮਾਤਰ ਦਾ ਫੋਨ ਮਿਲਿਆ ਹੁੰਦਾ ਨਾ, ਦੇਸ਼ ਧਰੋਹ ਦਾ ਪਰਚਾ ਦੇ ਦਿੰਦੇ ਹੁਣ, ਦੁਸ਼ਮਣ ਦੇਸ਼ ਨਾਲ ਇਹ ਗੱਲ ਕਰ ਦਿਓ, ਫਲਾਨੀ ਗੱਲ ਕਰ ਦਿਓ, ਤੁਸੀਂ ਦੇਖ ਲਓ ਆ ਤੁਹਾਡੇ ਸਾਹਮਣੇ ਆ ਸਾਰੇ ਮੀਡੀਆ ਦੇ ਉੱਤੇ ਇਹ ਗੱਲ ਆ ਗਈ, ਕੀ ਅਸਰ ਇਹ 'ਤੇ ਅਸਰ ਹੋਊਗਾ? ਕੋਈ ਇੱਕ ਵੀ ਐਕਸ਼ਨ ਇਹਦੇ ਹੋ ਜਾਏ 0% ਵੀ, ਤੁਸੀਂ ਵੇਖ ਲਓ ਕੱਖ ਨਹੀਂ ਹੋਣਾ। ਮਤਲਬ ਉਹ ਇਹ ਚੀਜ਼ ਨੂੰ ਸਗੋਂ ਪ੍ਰਚਾਰ ਕੇ ਦੱਸਣਾ ਚਾਹੁੰਦੇ ਆ ਵੀ ਉਹ ਜਿਸ ਤਰ੍ਹਾਂ ਪਹਿਲਾਂ ਅੰਡਰਵਰਲਡ ਦੇ ਬੰਦੇ ਬਹੁਤ ਸਟਰੋਂਗ ਹੁੰਦੇ ਸੀ, ਤਾਂ ਵੀ ਇਹ ਬਿਸ਼ਨੋਈ ਵੀ ਇੰਨਾ ਜ਼ਿਆਦਾ ਸਟਰੋਂਗ ਹੈ, ਤਾਂ ਹੀ ਤੁਸੀਂ ਲੋਕ ਪੈਸੇ ਦਿਓਗੇ, ਤਾਂ ਹੀ ਕਾਰੋਬਾਰੀ ਡਰੂਗਾ ਉਹਨਾਂ ਤੋਂ, ਤਾਂ ਮੇਰਾ ਖਿਆਲ ਉਹਦੀ ਇੱਕ ਐਡ ਹੀ ਹੈ ਇਹ, ਹੋਰ ਕੁਛ ਨਹੀਂ ਇਸ ਗੱਲ ਦੇ ਵਿੱਚ। ਹੁਣ ਫਿਰ ਕਿੱਥੇ ਹਾਰ ਲਗਾਉਂਗੇ, ਕਿਉਂਕਿ ਪਹਿਲਾਂ ਵੀ ਪੰਜਾਬ 'ਚੋਂ ਜਿਹੜੀ ਇੰਟਰਵਿਊ ਸੀ ਉਹਦੀ ਹਾਰ ਬੇਟਾ ਲਗਭਗ ਸਭ ਜਗ੍ਹਾ 'ਤੇ ਲਾ ਕੇ ਵੇਖ ਲਈ ਆ, ਪਰਮਾਤਮਾ ਅੱਗੇ ਸੱਚੇ ਪਾਤਸ਼ਾਹ ਦੇ ਅੱਗੇ, ਅਤੇ ਉਹ ਜੂਰ ਜਸਟਿਸ ਦੇਊਗਾ, ਜਿੱਦਾਂ ਥੋੜ੍ਹੀ ਜਿਹੀ ਰਾਹਤ ਘਰ ਆਪਾਂ ਨੂੰ ਘਰੇ ਦਿੱਤੀ ਹੈ, ਇਸ ਤਰ੍ਹਾਂ ਹੋ ਸਕਦਾ ਕੱਲ੍ਹ ਨੂੰ ਮਾਲਕ ਆਪਣੀ ਸੁਣੇ ਜਿਹੜਾ ਨਜਾਇਜ਼ ਧੱਕਾ ਆਪਣੇ ਨਾਲ ਹੋਇਆ ਹੈ। ਤਾਂ ਵਾਹਿਗੁਰੂ ਹੀ ਹੈ ਜੀ, ਇਹਨਾਂ ਲੀਡਰਾਂ 'ਤੇ ਸਰਕਾਰਾਂ 'ਤੇ ਕੋਈ ਉਮੀਦ ਤਾਂ ਹੈ ਨਹੀਂ, ਠੀਕ ਹੈ ਕੋਰਟ ਦੀ ਲੜਾਈ ਹੈ ਉਹ ਲੜਦੇ ਰਹਾਂਗੇ।